ਇੰਡੀਆ ਨਿਊਜ਼ ਦੇ ਖਾਸ ਪ੍ਰੋਗਰਾਮ ਪਿੰਡ ਦੀ ਸੱਥ ਨੂੰ ਲੈ ਕੇ ਤੁਹਾਡੇ ਰੂਬਰੂ ਹੋਏ ਹਾਂ। ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਦੇ ਪਿੰਡ ਰੁਲਦੂ ਸਿੰਘ ਵਾਲੇ, ਜਿੱਥੇ ਸੱਥ ਦੇ ਵਿੱਚ ਆਪਾਂ ਲੋਕਾਂ ਨਾਲ ਗੱਲਬਾਤ ਕਰਾਂਗੇ। ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਲੋਕ ਸਭਾ ਦੀਆਂ ਚੋਣਾਂ ਨੇ ਉਹ ਨੇੜੇ ਆ ਗਏ ਹਨ। ਹੁਣ ਆਪਾਂ ਜਾਣਾਂਗੇ ਲੋਕਾਂ ਦੇ ਵਿਚਾਰ ਵੀ ਉਹਨਾਂ ਦਾ ਕੀ ਵਿਚਾਰ ਹੈ, ਕਿਹੜੀ ਸਰਕਾਰ ਹੈ ਜਿਹੜੀ ਉਹ ਆਉਣੀ ਚਾਹੀਦੀ ਹੈ, ਜਾਂ ਮੌਜੂਦਾ ਸਰਕਾਰ ਨੇ ਕੀ ਕੀਤਾ ਉਹਨਾਂ ਲਈ। ਸਾਡੇ ਨਾਲ ਮੌਜੂਦ ਨੇ ਬਾਪੂ ਜੀ, ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਪੂ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਅੱਛਾ ਬਾਪੂ ਜੀ, ਦੇਖੋ ਲੋਕ ਸਭਾ ਦੀਆਂ ਚੋਣਾਂ ਨੇ ਜਿਹੜੀਆਂ ਉਹ ਨੇੜੇ ਆ ਗਈਆਂ, ਹਾਂਜੀ, ਤੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਜਿਹੜੀਆਂ ਪਹਿਲੀਆਂ ਵੀ ਸਰਕਾਰਾਂ ਰਹੀਆਂ ਨੇ, ਹੁਣ ਦੀ ਸਰਕਾਰ ਵੀ ਮੌਜੂਦਾ ਸਰਕਾਰ ਹੈ, ਕੀ ਕਹੋਗੇ ਤੁਸੀਂ? ਅਸੀਂ ਤਾਂ ਜੀ ਇਹੀ ਗੱਲ ਐਂ ਕਹਿੰਦੇ ਹਾਂ ਵੀ ਜਿਹੜੀਆਂ ਸਰਕਾਰਾਂ ਆਈਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਜਿਸ ਤਰ੍ਹਾਂ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਅਕਾਲੀ ਸਰਕਾਰ ਬਾਦਲ ਸਿੰਘ ਪ੍ਰਕਾਸ਼ ਜੀ ਜੋ ਤੇ ਸਾਡੇ ਮੁੱਖ ਮੰਤਰੀ ਸੀਗੇ, ਉਹਨਾਂ ਨੇ ਬਹੁਤ ਵਧੀਆ ਕੰਮ ਕਰੇ। ਇਹੀ ਸੀ ਕੋਈ ਵੀ ਸਰਕਾਰ ਜਿਹੜੀ ਆਉਂਦੀ ਹੈ, ਜਿਵੇਂ ਕਿ ਆਮ ਜ਼ਿਆਦੇ ਤਾਂ ਜਿਹੜੇ ਜਿੰਨੇ ਮਤਲਬ MLA ਜਾਂ MP ਜਿਹੜੇ ਹੁੰਦੇ, ਜਦੋਂ ਅਸੀਂ ਇਹਨਾਂ ਨੂੰ ਬਣਾ ਕੇ ਪਿੰਡਾਂ ਦੇ ਵਿੱਚੋਂ ਭੇਜਦਾ ਨੇ, ਇਹ ਆਪਦੀਆਂ ਦੂਜੇ ਸਾਹਮਣੇ ਜਿੱਥੇ ਇਹਨਾਂ ਨੂੰ ਨਹੀਂ ਟਿਕਟ ਮਿਲਣ ਦੀ ਆਸ ਹੁੰਦੀ, ਇਹ ਦੂਜੇ ਪਾਸੇ ਜਾ ਭੱਜਦੇ ਨੇ। ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਇਹੋ ਜਿਹਾ ਕੰਮ ਨਾ ਕਰਿਓ। ਜਦੋਂ ਲੋਕ ਇੱਕ ਪਾਸੇ ਪਿੰਡਾਂ ਦੇ ਲੋਕ ਤਾਂ ਤੁਹਾਡੇ ਨਾਲ ਸਹਿਮਤ ਹੁੰਦੇ ਨੇ, ਤੁਹਾਨੂੰ ਵੋਟਾਂ ਪਾਉਂਦੇ ਨੇ, ਵੋਟਾਂ ਉਹਨਾਂ ਨੂੰ ਆਸ ਹੁੰਦੀ ਹੈ ਵੀ ਸਾਡੇ ਕੰਮ ਕਰਨ, ਪਰ ਤੁਸੀਂ ਕੰਮ ਫਿਰ ਉਹ ਅਧੂਰੇ ਛੱਡ ਜਾਂਦੇ ਹੋ, ਫਿਰ ਉਹਦੇ 'ਤੇ ਲੋਕ ਨਾਰਾਜ਼ ਹੋ ਜਾਂਦੇ। ਇਹੀ ਹੈ ਪਹਿਲੀਆਂ ਸਰਕਾਰਾਂ ਅਤੇ ਅੱਜ ਦੀਆਂ ਸਰਕਾਰਾਂ ਦੇ ਵਿੱਚ ਕੀ ਫਰਕ ਹੈ ਬਾਪੂ ਜੀ? ਫਰਕ ਕੀ ਆ, ਬਸ ਸਾਨੂੰ ਤਾਂ ਵਧੀਆ ਸਰਕਾਰ ਆਉਣੀ ਚਾਹੀਦੀ ਹੈ, ਸਾਨੂੰ ਨਹੀਂ ਪਤਾ। ਹਾਂ, ਜਿਹੜੀ ਸਰਕਾਰ ਕੰਮ ਕਰੇ ਪਿੰਡ ਦੇ, ਸਾਰੇ ਪਿੰਡਾਂ ਦੇ ਕੰਮ ਕਰੇ, ਉਹੀ ਜੀ ਆਉਣਾ ਚਾਹੀਦਾ ਜੀ। ਜਿਹੜੀ ਅੱਜ ਦੀ ਸਰਕਾਰ ਆ, ਮੌਜੂਦਾ ਸਰਕਾਰ ਹੈ, ਕਿਸ ਤਰ੍ਹਾਂ ਦੀ ਲੱਗੀ? ਇਹ ਬਈ ਵਿੱਚ ਤਾਂ ਵਧੀਆ, ਵਿੱਚ ਕਰਦੇ ਕਰੇ ਦਾ ਕੰਮ ਵਧੀਆ ਨਹੀਂ ਨੇ ਵੀ, ਵਿੱਚ ਵਧੀਆ ਕਰਦੀ ਰਹੀ ਹੈ। ਅਤੇ ਆਹ ਸੜਕ ਨਹੀਂ ਬਣੀ ਸਾਡੀ, ਇਹਨੂੰ ਤਾਂ ਬਣਵਾਓ ਜੀ। ਹਾਂ, ਇਹ ਬਣਨੀ ਚਾਹੀਦੀ ਹੈ। ਅੱਛਾ, ਹੋਰ ਕਿਹੜੇ ਕੰਮ ਨੇ ਜਿਹੜੇ ਸਰਕਾਰ ਤੋਂ ਤੁਸੀਂ ਚਾਹੁੰਦੇ ਹੋ? ਜਿਹੜੇ ਕੰਮ ਆਉਂਦੇ ਨੇ ਸਾਰੇ ਕਰਾਉਣੇ ਚਾਹੀਦੇ ਨੇ ਜੀ। ਗਵਰਨਮੈਂਟ ਨੂੰ ਹੁਣ ਪਤਾ ਹੀ ਲੱਗ ਜਾਂਦਾ ਵੀ ਆਹ ਚੀਜ਼ ਕਦਾ ਕਹਿੰਦੇ ਨੇ, ਇਹ ਚੀਜ਼ ਬਣਨੀ ਚਾਹੀਦੀ ਹੈ ਜੀ। ਠੀਕ ਹੈ, ਹਾਂ ਠੀਕ ਹੈ। ਅੱਛਾ ਬਾਪੂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਦੇਖਿਆ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀਗੀਆਂ, ਉਹਨਾਂ ਦੇ ਮੈਨੀਫੈਸਟੋ ਤਿਆਰ ਹੁੰਦੇ ਸੀ, ਅੱਜ ਵੀ ਹੁੰਦੇ ਨੇ, ਕੀ ਮੈਨੀਫੈਸਟੋ ਦੇ ਉੱਪਰ ਖਰੇ ਉਤਰਦੇ ਨੇ? ਮੈਨੀਫੈਸਟੋ ਦੇ ਵਿੱਚ ਖਰੇ ਤਾਂ ਕਿਹੜਾ ਉਤਰਦਾ ਜੀ, ਇਹ ਤਾਂ ਇੱਕ ਮੌਕੇ ਦੀਆਂ ਸਰਕਾਰਾਂ, ਜਦੋਂ ਵੋਟਾਂ ਦਾ ਟਾਈਮ ਆਉਂਦਾ ਹੈ ਉਦੋਂ ਕਹਿੰਦੇ ਨੇ ਵੀ ਅਸੀਂ ਆਪ ਕਰਾਂਗੇ, ਆਹ ਕਰਾਂਗੇ, ਕਰਦਾ ਤਾਂ ਕੋਈ ਕੁਛ ਨਹੀਂ ਇਹਦੇ ਵਿੱਚ। ਇਹਨਾਂ ਦੇ ਤਾਂ ਉਹ ਜਿਹੜੇ ਚੋਣੀ ਮੈਨੀਫੈਸਟੋ ਹੁੰਦੇ ਨੇ ਉਹਨਾਂ ਦੇ ਵਿੱਚ ਕਹੇ ਕਹਾ ਹੀ ਰਹਿ ਜਾਂਦੇ ਨੇ, ਕੋਈ ਕੰਮ ਨਹੀਂ ਕਰਦੇ ਹੈਗੇ। ਹਾਂ, ਮੌਜੂਦਾ ਸਰਕਾਰ ਹੈ ਜਿਹੜੀ, ਇਸ ਵੱਲੋਂ ਕਿੰਨੇ ਕੁ ਕੰਮ ਕੀਤੇ ਗਏ? ਮੌਜੂਦਾ ਸਰਕਾਰ ਨੇ ਕੰਮ ਬਹੁਤ ਵਧੀਆ ਕਰੇ ਨੇ। ਹਾਂ, ਪਹਿਲੀ ਕਾਂਗਰਸ ਨੂੰ ਸਰਕਾਰ ਨੂੰ ਬਹੁਤ ਵਧੀਆ ਕਰੇ ਨੇ, ਪਹਿਲੇ ਤਾਂ ਗੁਟਕੇ ਦੀ ਸਹੁੰ ਖਾ ਕੇ ਬਸ ਉਹ ਤਾਂ ਭੱਜ ਗਈ। ਹਾਂ, ਉਹ ਤਾਂ ਉਹਦੇ 'ਚ ਜਦੋਂ ਚੰਨੀ ਆਇਆ, ਚੰਨੀ ਨੇ ਮਤਲਬ ਵੀ 3 ਕੁ ਮਹੀਨੇ ਆਇਆ, 3 ਮਹੀਨੇ ਉਹਨੇ ਵਧੀਆ ਲਾਏ ਨੇ। ਹਾਂ, ਮਤਲਬ ਕਿ ਕਾਂਗਰਸ ਦੀ ਸਰਕਾਰ ਵੀ ਵਧੀਆ ਸੀ? ਵਧੀਆ ਸੀ, ਚੰਨੀ ਵਾਲੀ ਵਧੀਆ ਸੀ, ਕੈਪਟਨ ਨੂੰ ਚੰਨੀ ਵਾਲੀ ਸਰਕਾਰ ਵਧੀਆ ਸੀ। ਕੈਪਟਨ ਦੀ ਕਿਉਂ ਨਹੀਂ ਵਧੀਆ? ਕੈਪਟਨ ਦੀ ਸਰਕਾਰ ਵਧੀਆ ਇਸ ਕਰਕੇ ਨਹੀਂ ਸੀ, ਜਿਹੜਾ ਉੱਥੇ ਦਾ ਆਪਣਾ ਖਜ਼ਾਨਾ ਮੰਤਰੀ ਸੀ
ਮਨਪ੍ਰੀਤ ਬਾਦਲ ਆ ਉਹ ਘਟੀਆ ਕਿਸਮ ਦਾ ਬੰਦਾ ਸੀ ਜੀ। ਉਹ ਤਾਂ ਪੈਸੇ ਖਾਣ ਵਾਲਾ ਸੀ, ਦੇਣ ਵਾਲਾ ਨਹੀਂ ਸੀ ਕਿਸੇ ਨੂੰ ਕੁਛ। ਸਰਕਾਰ ਨੂੰ ਵੋਟ ਪਾਵਾਂਗੇ ਜੀ, ਵਧੀਆ ਕੰਮ ਕਰਦੀ ਹੈ ਜੀ। ਬਾਕੀ ਆ ਜਿਵੇਂ ਇੱਥੇ ਕਹਿੰਦੇ ਆ ਵੀ ਬੱਚਿਆਂ ਨੂੰ ਜਾਣ ਵਾਸਤੇ ਆ ਮੰਡੀਕਰਨ ਬੋਰਡ ਆ ਤੇ ਸਾਡੀ 3 ਕਿਲੋਮੀਟਰ ਦੀ ਸੜਕ ਆ ਜੀ, ਇਹ ਬਣਵਾਈ ਜਾਵੇ ਠੀਕ ਹੈ। ਬਾਕੀ ਠੀਕ ਹੈ, ਵੋਟ ਪਾਵਾਂਗੇ ਲਾ ਜੀ। ਬਾਪੂ ਜੀ ਆਪਾਂ ਭਾਜਪਾ ਸਰਕਾਰ ਜੇ ਕਿਸਾਨਾਂ ਨੂੰ ਕੋਈ ਪੈਕੇਜ ਦੇ ਦਿੰਦੀ ਹੈ ਫਿਰ ਬਾਈ ਗੱਲ ਆਇਆ ਭਾਜਪਾ ਸਰਕਾਰ ਠੀਕ ਆ, ਅਸੀਂ ਮਾੜੀ ਵੀ ਨੀ ਕਹਿੰਦੇ ਭਾਜਪਾ ਨੂੰ, ਸਾਨੂੰ ਪਿਲਸਣਾ ਦਿੰਦੀ ਹੈ, ਸਾਨੂੰ ਕਣਕ ਦਿੰਦੀ ਹੈ। ਮੋਦੀ ਦਾ ਰਾਜ ਅਸੀਂ ਐ ਨੀ ਕਹਿੰਦੇ ਵੀ ਮਾੜਾ ਹੈ, ਸਾਨੂੰ ਵਧੀਆ ਹੈ। ਪਰ ਜਿਹੜਾ ਮੋਦੀ ਦਾ ਰਾਟਣਾ ਹੈ, ਮੋਦੀ ਕਹਿੰਦਾ ਵੀ ਸਾਨੂੰ ਡਬਲ ਇੰਜਣ ਦੀ ਸਰਕਾਰ ਚਾਹੀਦੀ ਹੈ। ਹੁਣ ਡਬਲ ਇੰਜਣ ਦੀ ਉਹਨੂੰ ਕਿਵੇਂ ਦੇ ਦੀਏ ਜਦ ਨਹੀਂ ਸਾਡਾ ਪੰਜਾਬ ਮੰਨ ਰਿਹਾ ਉਹਨੂੰ। ਡਬਲ ਇੰਜਣ ਦਾ ਮਤਲਬ ਵੀ ਸਾਨੂੰ ਨਾ ਪੰਜਾਬ ਚ ਉਹੀ ਸਰਕਾਰ ਚਾਹੀਦੀ ਹੈ, ਸਾਡੀ ਸਰਕਾਰ ਹੋਣੀ ਚਾਹੀਦੀ ਹੈ। ਹਾਂਜੀ ਵੀ ਉਹ ਡਬਲ ਮੰਗਦੇ ਨੇ, ਹੁਣ ਡਬਲ ਅਸੀਂ ਕਿੱਥੋਂ ਦੇਈਏ, ਇਹਦਾ ਜਨਤਾ ਦਾ ਫੈਸਲਾ ਹੈ। ਨਹੀਂ ਉਹਨੂੰ ਲੱਗਦਾ ਸਾਨੂੰ ਭਗਵੰਤ ਮਾਨ ਚੰਗਾ ਲੱਗਾ ਜੀ, ਭਗਵੰਤ ਮਾਨ ਬਣਾ ਲਿਆ, ਅਸੀਂ ਬਦਲਾਅ ਕਰਤਾ। ਬਸ ਸਾਡੀ ਇਹੀ ਮੰਗ ਹੈ ਵੀ ਜਿਹੜੀ ਬਰਡ ਵਾਲ ਨੂੰ ਸੜਕ ਹੈ ਇਹ ਹੋਣੀ ਚਾਹੀਦੀ ਹੈ। ਬਰਡ ਵਾਲ 12ਵੀਂ ਦਾ ਸਕੂਲ ਹੋਣਾ ਚਾਹੀਦਾ, 12ਵੀਂ ਤੋਂ ਬਾਅਦ ਸਾਡੇ ਬੱਚੇ ਤੜਫਦੇ ਫਿਰਦੇ ਨੇ, ਨਾ ਕਿਸੇ ਨੂੰ ਕੋਈ ਟੈਂਪੂ ਲੱਗਦਾ, ਨਾ ਕਿਸੇ ਨੂੰ ਬੱਸ ਲੱਗਦੀ ਹੈ। ਇੱਥੇ ਸਕੂਲ ਨੇ, ਇੱਥੇ ਬਰਡ ਵਾਲ ਜਾਣੀ 12ਵੀਂ ਦਾ ਸਕੂਲ ਹੋਣਾ ਚਾਹੀਦਾ, ਉਦੋਂ ਬਾਅਦ ਸਾਡੇ ਬੱਚੇ ਪੜ੍ਹ ਨਹੀਂ ਸਕਦੇ। ਜਿਹੜੇ ਗਰੀਬ ਬੰਦੇ ਨੇ ਉਹਨਾਂ ਦੇ, ਜਿਹੜੇ ਤਕੜੇ ਨੇ ਭਾਈ ਉਹ ਤਾਂ ਆਪਦੇ ਲਾ ਆਉਂਦੇ ਨੇ ਬੱਸਾਂ ਬੁੱਸਾਂ ਚ। ਗਰੀਬਾਂ ਤੋਂ ਇਹ ਕੰਮ ਹੋ ਨਹੀਂ ਰਿਹਾ, 12-10ਵੀਂ ਕਰਾ ਕੇ ਜਵਾਬ ਕੋਠੀ ਖੜ ਜਾਂਦਾ। MSP ਨੂੰ ਲੈ ਕੇ, ਹਾਂਜੀ ਜਿਹੜੀ MSP ਹੈ ਉਹਨੂੰ ਲੈ ਕੇ ਫਿਰ ਬਰੂਹਾਂ ਦੇ ਉੱਪਰ ਖੜੇ ਨੇ ਕਿਸਾਨ, ਕੀ ਕਹੋਗੇ ਆਉਣ ਵਾਲੀਆਂ ਨਸਲਾਂ ਨੂੰ ਪਟਾਣਾ? ਬਾਈ ਜੀ ਗੱਲ ਆਇਆ, ਮੈਨੂੰ ਜਲਦੀ ਬਿਮਾਰੀ, ਮੈਂ ਬਾਹਲਾ ਬੋਲ ਨਹੀਂ। ਠੀਕ ਹੈ ਜੀ, MSP ਨੂੰ ਲੈ ਕੇ ਤੁਸੀਂ ਦੇਖਿਆ ਜੀ ਆਪਾਂ ਬਰੂਹਾਂ ਦੇ ਉੱਪਰ ਫਿਰ ਕਿਸਾਨ ਖੜੇ ਨੇ ਸ਼ੰਭੂ ਬਾਰਡਰ ਦੇ ਉੱਪਰ, ਕੀ ਕਹੋਗੇ ਵੀ ਇਹ ਮੰਨ ਸਕਦੇ ਨੇ ਜਾਂ ਨਹੀਂ? MSP ਭਾਜਪਾ ਸਰਕਾਰ ਵੱਲੋਂ ਇਹ ਕਿਹਾ ਗਿਆ ਸੀ MSP ਜਿਹੜੀ ਹੈਗੀ ਆ ਉਹ ਦਿੱਤੀ ਜਾਊਗੀ ਸਾਰਿਆਂ ਨੂੰ, ਠੀਕ ਹੈ ਨਾ, ਪਰ ਲਿਖਤੀ ਰੂਪ ਦੇ ਵਿੱਚ ਨਹੀਂ ਦਿੱਤਾ ਗਿਆ ਸੀਗਾ। ਹੁਣ ਫਿਰ ਬਰੂਹਾਂ ਦੇ ਉੱਪਰ ਜਾ ਕੇ ਖੜੇ ਹੋ ਗਿਆ ਕਿਸਾਨ, ਕੀ ਕਹੋਗੇ? ਅਸੀਂ ਤਾਂ ਇਹੀ ਕਹਿੰਦੇ ਵੀ ਜਦੋਂ ਉਹਨਾਂ ਨੇ MSP ਬਾਰੇ ਕਿਹਾ ਸੀਗਾ ਵੀ ਅਸੀਂ MSP ਦੇਵਾਂਗੇ, ਉਹਨਾਂ ਨੂੰ ਇਹ ਦੇਣੀ ਚਾਹੀਦੀ, ਉਹਨਾਂ ਨੂੰ ਮੁਕਰਨਾ ਨਹੀਂ ਚਾਹੀਦਾ ਸੀ। ਜਦੋਂ ਉਹਨਾਂ ਨੇ ਇੱਕ ਵਾਰ ਉੱਥੋਂ ਜਨਤਾ ਠਾਲਤੀ ਵੀ ਤੁਹਾਨੂੰ MSP ਦੇਵਾਂਗੇ, MSP ਦੇਣ ਦੇ ਨਾਲ ਹਰੇਕ ਇਨਸਾਨ ਨੂੰ ਫਾਇਦਾ ਜੀ, ਤੇ ਉਹਦੇ ਚ ਇਹ ਹੁਣ ਉਹ MSP ਦਿੰਦੇ ਨੀ, ਜੇ ਉਹ ਨਹੀਂ ਦਿੰਦੇ ਤਾਂ ਮਤਲਬ ਜੇ MSP ਦਿੰਦੇ ਨੇ ਤਾਂ ਮਤਲਬ ਉਹਨਾਂ ਨੂੰ ਆਇਆ ਵੀ ਅਸੀਂ ਕਿਉਂ ਦੇਈਏ। ਜੇ ਉਹ ਦੇਣ ਤਾਂ ਜਿਹੜੇ ਕਿਸਾਨ ਨੇ ਰੌਲਾ ਨਹੀਂ ਪਾਉਣਗੇ ਜੀ। ਹਾਂ ਇਹੀ ਅਸੀਂ ਇਹਨਾਂ ਨੂੰ ਫਿਰ ਕਹਿੰਦੇ ਹਾਂ ਵੀ ਇਹ ਜਦੋਂ ਤੁਸੀਂ ਉਹਨਾਂ ਨੂੰ ਹਾਂ ਕਰੀਏ ਉਦੋਂ ਹੁਣ ਤੁਸੀਂ ਇਹ ਦੇਵੋ ਆਪਦੇ, ਜਿਵੇਂ ਸਰਕਾਰਾਂ ਹੁਣ ਹਰੇਕ ਸਰਕਾਰਾਂ ਨੇ ਜਿਵੇਂ ਹੁਣ ਚੋਣ ਆ ਰਹੀਆਂ ਨੇ, ਕੋਈ ਕੁਛ ਕਹਿ ਦਿੰਦਾ ਕੋਈ ਕੁਛ ਕਹਿ ਦਿੰਦਾ, ਇਹ ਮਤਲਬ ਲਾਰੇ ਲਾ ਕੇ ਤੁਰ ਜਾਂਦੀਆਂ ਨੇ ਕੰਮ, ਕੋਈ ਕਿਸੇ ਦਾ ਕੋਈ ਨੀ ਕਰਦਾ। ਇਸੇ ਤਰ੍ਹਾਂ ਉਹਨਾਂ ਨੇ ਮਤਲਬ ਇਹ ਲਾਰਾ ਲਾਇਆ ਸੀ ਵੀ ਅਸੀਂ MSP ਦੇਵਾਂਗੇ, ਉਹ ਪਰ ਨਹੀਂ ਇੱਕ ਦੋ ਚੀਜ਼ਾਂ ਤੋਂ ਬਾਅਦ ਉਹ MSP ਨਹੀਂ ਦਿੰਦੇ ਜੀ। ਜੇ ਉਹ MSP ਦੇਣ ਤਾਂ ਉਹਨਾਂ ਹਰੇਕ ਚੀਜ਼ ਦਾ ਰੇਟ ਆਟੋਮੈਟਿਕਲੀ, ਗੱਲ ਖਜ਼ਾਨੇ ਤੇ ਆ ਕੇ ਫੇਰ ਰੁਕ ਜਾਂਦੀ ਹੈ ਜੀ। ਖਜ਼ਾਨਾ ਤਾਂ ਹੈ ਇਹ ਜਿਹੜੀ ਇੱਥੋਂ ਦੇ ਲਾ ਕੇ ਜਿਵੇਂ ਹੁਣ 70-75 ਸਾਲ ਹੋ ਗਏ, ਉਦੋਂ ਤੋਂ ਖਜ਼ਾਨਾ ਤਾਂ ਨਾ ਇਹਨਾਂ ਤੋਂ ਭਰਿਆ ਨਾ ਇਹਨਾਂ ਤੋਂ ਮੁੱਕਿਆ। ਗੱਲ ਇਹਨਾਂ ਨਾਲ ਪਤਾ ਇੱਕੋ ਹੀ ਚੀਜ਼ ਰਹੀ ਹੋਈ ਹੈ ਵੀ ਖਜ਼ਾਨਾ ਖਾਲੀ ਹੈ,
ਖਜ਼ਾਨਾ ਖਾਲੀ ਅਸੀਂ ਕਿੱਥੋਂ ਦਈਏ? ਨਾਲੇ ਖਜ਼ਾਨਾ ਜੇ ਖਾਲੀ ਹੁੰਦਾ ਤਾਂ ਇੰਨੇ ਇੰਨੇ ਜਿਹੜੇ ਲੋਕਾਂ ਨੂੰ ਸਬਸਿਡੀਆਂ ਦਿੰਦੇ ਨੇ ਕਿਉਂ ਦੇਣ? ਅਮਰਿੰਦਰ ਸਿੰਘ ਜੀ ਦੇ ਟਾਈਮ ਮਨਪ੍ਰੀਤ ਬਾਦਲ ਜੀ ਖਜ਼ਾਨਾ ਮੰਤਰੀ ਸੀਗੇ, ਉਹਨਾਂ ਨੇ ਵੀ ਕਿਹਾ ਸੀ ਖਜ਼ਾਨਾ ਖਾਲੀ ਹੈ। ਪਰ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਕਹਿੰਦੇ ਆ ਸਾਡਾ ਖਜ਼ਾਨਾ ਭਰਿਆ ਹੋਇਆ, ਉਹਨਾਂ ਦਾ ਖਾਲੀ ਕਿਉਂ ਸੀ ਤੇ ਇਹਨਾਂ ਦਾ ਕਿਵੇਂ ਭਰ ਗਿਆ ਜੀ? ਖਜ਼ਾਨਾ ਇਹਨਾਂ ਦਾ ਵੀ ਨਹੀਂ ਭਰਿਆ ਹੋਇਆ, ਖਜ਼ਾਨਾ ਇਹਨਾਂ ਦਾ ਵੀ ਖਾਲੀ ਹੈ। ਇਹ ਤਾਂ ਆਪਦੀ ਇੱਕ ਵਾਹ ਵਾਹ ਕਰਨ ਦੇ ਮਾਰੇ ਹਰੇਕ ਇਨਸਾਨ ਅਸੀਂ ਕਹਿੰਦਾ ਵੀ ਇਹ ਖਜ਼ਾਨਾ ਤਾਂ ਮਤਲਬ ਜੇ ਖਜ਼ਾਨਾ ਖਾਲੀ ਹੋਵੇ ਤਾਂ ਜਿਹੜੇ ਮਤਲਬ ਹਿੰਦੁਸਤਾਨ ਦੇ ਐਡੇ ਕੰਮ ਹੁੰਦੇ ਨੇ, ਐਡੇ ਐਡੇ ਪ੍ਰੋਜੈਕਟ ਲੱਗੇ ਨੇ, ਕਰੋੜਾਂ ਦੇ ਵਿੱਚ ਲੱਗੇ ਨੇ, ਜੇ ਖਜ਼ਾਨਾ ਖਾਲੀ ਹੋਵੇ ਕਿਉਂ ਲੱਗਣ ਜੀ? ਇਹ ਸਰਕਾਰਾਂ ਨੂੰ ਇੱਕ ਬੇਨਤੀ ਹੈ ਵੀ ਜਿਵੇਂ ਪਹਿਲਾਂ ਵੀ ਆਪਾਂ ਖਜ਼ਾਨੇ ਦੀ ਗੱਲ ਕਰਦੇ ਵੀ ਖਜ਼ਾਨਾ ਖਾਲੀ ਹੈ, ਜੇ ਨਾਲ ਵੀ ਖਜ਼ਾਨਾ ਖਾਲੀ ਹੈ ਇਹ ਸਿੱਧੇ ਤੌਰ ਤੇ ਕਹਿ ਵੀ ਸਾਡੇ ਖਜ਼ਾਨਾ ਖਾਲੀ ਹੈ ਭਾਈ, ਇਹ ਫਿਰ ਉਹਨਾਂ ਨੂੰ ਕਿਉਂ ਸਬਸਿਡੀਆਂ ਇੰਨੇ ਇੰਨੇ ਕਿਉਂ ਦਿੰਦੇ ਨੇ? ਉਹੀ ਕਿਹਾ ਨਾ ਆਪਣਾ ਆਪਣਾ ਟੈਕਸ ਜਨਤਾ ਨੂੰ ਇਹ ਕੁਝ ਨਹੀਂ ਦੇ ਕੇ ਰਹਾ ਜੀ, ਇੱਕ ਇਹਨਾਂ ਦੇ ਲਾਰੇ ਹੁੰਦੇ ਨੇ ਜੀ ਜੀ, ਹਰੇਕ 5 ਸਾਲਾਂ ਦੇ ਬਾਅਦ ਆਉਣ ਤੋਂ ਬਾਅਦ ਲਾਰੇ ਆ ਕੇ ਲਾ ਕੇ ਇਹਦਾ ਇੱਕ ਵਾਰ ਜੇ ਆ ਜਾਣ ਵੋਟਾਂ, ਹੁਣ ਹਰੇਕ ਬੰਦਾ ਹਰੇਕ MP ਜਿਹੜੇ ਕੋਈ ਵੀ ਖੜਾ ਹਰੇਕ ਪਿੰਡ ਚ ਹਰੇਕ ਸ਼ਹਿਰ ਚ ਆਊਗਾ, ਸ਼ਾਇਦ ਘਰ ਘਰ ਵੀ ਆ ਕੇ ਜਾਣ, 5 ਸਾਲ ਬਾਅਦ ਤੁਹਾਨੂੰ ਮੂੰਹ ਵੀ ਨੀ ਦਿਖਾਉਣਾ ਇਹਨਾਂ ਵੀ ਕਿੱਥੇ ਨੇ ਕਿੱਥੇ ਨੇ, ਉਹ ਦਿੱਲੀ ਜਾ ਬੈਠਣਗੇ, ਤੁਹਾਨੂੰ ਪਤਾ ਹੀ ਨੀ ਲੱਗਣਾ ਜੇ ਤੁਸੀਂ ਜਾਵੋਗੇ ਵੀ ਸਾਨੂੰ ਤੁਹਾਨੂੰ ਵੀ ਨੀ ਪਤਾ ਵੀ ਕਿੱਥੇ ਬੈਠੇ। ਗੱਲ ਕਰੀਏ ਨੇਕ ਰੂਹ ਬਾਦਲ ਸਾਹਿਬ ਦੀ, ਹਾਂਜੀ ਨੇਕ ਰੂਹ ਬਾਦਲ ਸਾਹਿਬ ਉਹਨਾਂ ਦੀ ਗੱਲ ਕਰੀਏ, ਹਾਂਜੀ ਕਿਹੋ ਜਿਹੇ ਇਨਸਾਨ ਸੀ ਬਾਦਲ ਸਾਹਿਬ? ਬਹੁਤ ਅੱਛੇ ਇਨਸਾਨ ਸੀ, ਅਸੀਂ ਹਰੇਕ ਨੂੰ ਕਹਿੰਦੇ ਵੀ ਹਰੇਕ ਬੰਦਾ ਉਸ ਬਾਦਲ ਸਾਹਿਬ ਦੀ ਸੋਚ ਤੇ ਚੱਲਣਾ ਚਾਹੀਦਾ ਜੀ, ਉਹਨਾਂ ਨੂੰ ਅਮੀਰ ਤੇ ਗਰੀਬ ਸਾਰੇ ਇੱਕੋ ਹੀ ਸਾਥ, ਉਹਨਾਂ ਨੇ ਕਿਸੇ ਨਾਲ ਦੋ ਵਿਹਾਰ ਨਹੀਂ ਕਰਿਆ ਜੀ ਜੀ, ਉਹ ਐਂ ਕਹਿੰਦੇ ਵੀ ਭਾਈ ਇਹ ਮਤਲਬ ਹਰੇਕ ਇਨਸਾਨ ਨੂੰ ਦਿਹਾੜੀ ਵਾਲੇ ਨੂੰ ਦਿਹਾੜੀ ਵੀ ਮਿਲਣੀ ਚਾਹੀਦੀ ਹੈ, ਹਾਂਜੀ ਕਿਸਾਨ ਨੂੰ ਖੇਤੀ ਦਾ ਕੰਮ ਵੀ ਉਹ ਹੋਣਾ ਚਾਹੀਦਾ, ਅਸੀਂ ਐਂ ਕਹਿੰਦੇ ਵੀ ਉਹ ਜਿਹੜੇ ਲੋਕ ਦੇ ਉਸ ਪਹਿਲੇ ਜਿਹੜੇ ਹੈਗੇ ਸੀ ਉਹ ਸਾਰੇ ਵਧੀਆ ਹੀ ਵਧੀਆ ਸੀਗੇ, ਪਿਆਰ ਸੀ ਉਹਨਾਂ ਦਾ, ਉਹਨਾਂ ਦਾ ਆਪਸ ਵਿੱਚ ਇੱਕ ਦੂਜੇ ਨਾਲ ਪਿਆਰ ਸੀ, ਹੁਣ ਇਹਨਾਂ ਦਾ ਇੱਕ ਦੂਜੇ ਨਾਲ ਪਿਆਰ ਨਹੀਂ ਰਿਹਾ, ਪਿਆਰ ਇਹਨਾਂ ਦਾ ਖਤਮ ਹੀ ਹੋ, ਪਿਆਰ ਖਤਮ ਹੋਇਆ ਪੈਸੇ ਨੇ ਕਾਰਨ, ਜੇ ਮਤਲਬ ਇਹ ਪੈਸਾ ਜਿੰਨਾ ਪੈਸਾ ਬੰਦੇ ਲਵੇ ਵੱਧਦਾ ਹੀ ਜਾਊਗਾ ਓਨਾ ਉਹਦਾ ਪਿਆਰ ਲੋਕਾਂ ਨੂੰ ਘੱਟਦਾ ਜਾਊਗਾ ਜੀ, ਇਹੀ ਅਸੀਂ ਇਹੀ ਕਰਿਆ ਵੀ ਸਾਰਿਆਂ ਨੂੰ ਜੇ ਇੱਕ ਬਣ ਕੇ ਰਹਿਣ, ਇੱਕ ਬਣ ਕੇ ਰਹਿਣ ਤਾਂ ਕੰਮ ਵੀ ਵਧੀਆ ਚੱਲਣਗੇ ਹਿੰਦੁਸਤਾਨ ਦੇ ਤੇ ਸਰਕਾਰਾਂ ਵੀ ਵਧੀਆ ਰਹਿਣਗੀਆਂ। ਇਹਦਾ ਮਤਲਬ ਵੀ ਜਿਹੜਾ ਹੁਣ ਹੈਗਾ ਬਾਦਲ ਸਾਹਿਬ ਬਹੁਤ ਵਧੀਆ ਨੇਕ ਇਨਸਾਨ ਸੀ, ਹਾਂਜੀ ਠੀਕ ਹੈ ਨਾ, ਹੁਣ ਜਿਹੜੀ ਬਦਲਾਅ ਦੀ ਸਰਕਾਰ ਹੈ ਉਹੀ ਚੰਗੀ ਹੈ, ਹੁਣ ਜਿਹੜੀ ਬਦਲਾਅ ਦੀ ਸਰਕਾਰ ਆਈ ਇਹ ਇਸ ਕਰਕੇ ਆਈ ਜਿਸ ਤਰ੍ਹਾਂ ਕਿ ਮਤਲਬ ਇਹ ਦੋਏ ਸਰਕਾਰ ਮੇਨ ਪਾਰਟੀਆਂ ਕਾਂਗਰਸ ਤੇ ਅਕਾਲੀ, ਜਿਹੜੇ CPF ਵਾਲੇ CPM ਵਾਲੇ ਤੇ ਉਹ ਸਰਕਾਰ ਬਹੁਤ ਵਧੀਆ ਤੇ ਉਹ ਇਹਨਾਂ ਨੇ ਆਉਣ ਨੀ ਮਾਇਆਵਤੀ ਨਹੀਂ। ਜੇ ਹੈ ਤੁਸੀਂ ਇੱਕ ਮੁਹੰਮਦ ਸਦੀਕ ਬਾਰੇ ਗੱਲ ਕਹੀ ਸੀ ਸਰ, ਅੱਛਾ ਉਹ ਕੀ ਕੀ ਮਸਲਾ ਸੀ? ਅੱਛਾ ਉਹ ਮੁਹੰਮਦ ਸਦੀਕ ਸੀ ਜਿਹੜਾ ਮਤਲਬ ਵੀ ਪਹਿਲਾਂ ਤਾਂ ਉਹ ਮਤਲਬ ਆਪਣੇ MLA ਜਿੱਤਿਆ, ਉਹਦੇ ਬਾਅਦ ਉਹ MP ਬਣਾਤਾ, MP ਬਣਾਤਾ ਉਦੋਂ ਬਾਅਦ ਉਹਨੂੰ ਕਹਿੰਦੇ ਵੀ ਮਤਲਬ ਵੀ ਐਤਕੀ ਤੈਨੂੰ ਟਿਕਟ ਨੀ ਮਿਲੀ, ਅੱਛਾ ਵੀ ਟਿਕਟ ਤੂੰ ਕਿਹੜੀ ਪਾਰਟੀ ਚ ਜਾਵੇਗਾ? ਉਹ ਕਹਿੰਦਾ ਮੈਂ ਕਿਉਂ ਜਾਊਂਗਾ ਕਿਸੇ ਚ, ਮੈਂ ਆਪਦੀ ਪਾਰਟੀ ਚ ਰਹੂੰਗਾ। ਉਹ ਮਤਲਬ ਉਹ ਕਹਿੰਦਾ ਵੀ ਜਿਹੜੇ ਚੌਧਰ ਦੇ ਭੁੱਖੇ ਨੇ ਵੀ ਹੋਰ ਨੂੰ ਟਿਕਟ ਦਿੰਦੇ ਆ ਵੀ ਮੈਨੂੰ ਨੀ ਦਿੰਦੇ, ਉਹ ਕਹਿੰਦਾ ਮੈਨੂੰ ਨੀ ਲੋੜ ਹੈਗੀ, ਜਿਹੜਾ ਹਾਈ ਕਮਾਨ ਦਾ ਫੈਸਲਾ ਉਹ ਸਿਰ ਮੱਥੇ ਮੰਨਣਾ, ਉਹੀ ਗੱਲ ਆ ਵੀ ਜਿਵੇਂ ਹਾਈ ਕਮਾਨ ਦਾ ਫੈਸਲਾ ਹੁੰਦਾ
ਉਹਨਾਂ ਨੂੰ ਮੰਨਣਾ ਚਾਹੀਦਾ। ਮੇਰਾ ਭਰਾ ਇਹ ਨਹੀਂ ਵੀ ਮੈਂ ਹੀ ਚੌਧਰ ਕਰਾਂ, ਹਰੇਕ ਨੂੰ ਚੌਧਰ ਨੂੰ ਟਾਈਮ ਚ ਜਿਵੇਂ ਆ ਦੇਖਿਆ ਕੁਛ ਕ ਬਦਲ ਕੇ ਦੂਸਰੀ ਪਾਰਟੀ ਨੂੰ ਫੜ ਲਿਆ, ਇੱਕ ਆਪਣੀ ਪਾਰਟੀ ਜਿਹਦੇ ਉਹ ਸੱਚੇ ਸੇਵਕ ਸੀ ਉਹਨਾਂ ਨੇ ਦੂਸਰੀ ਪਾਰਟੀ ਨੂੰ ਫੜ ਲਿਆ, ਕੀ ਇਹ ਚੰਗੀ ਹੈ? ਇਹ ਬਿਲਕੁਲ ਗਲਤ ਹੈ ਜੀ। ਜੇ ਆਪਣੇ ਪਰਿਵਾਰ ਦਾ ਇੱਕ ਮੂਹਰੇ ਮਤਲਬ ਆਪਾਂ ਨੰਬਰਦਾਰ ਕਹਿ ਦਈਏ ਪ੍ਰਧਾਨ ਬਣਾ ਦਿੰਦੇ ਹਾਂ, ਉਹਨੂੰ ਵੀ ਲਾਣੇਦਾਰ ਬਣਾ ਦਿੰਦੇ ਹਾਂ, ਜੋ ਕਹੇਗਾ ਵੀ ਹੁਣ ਇਹਨੂੰ ਛੱਡ ਕੇ ਆਪਾਂ ਦੂਜੇ ਨੂੰ ਬਣਾ ਦਿੰਦੇ ਹਾਂ, ਫਿਰ ਉਹਨੂੰ ਚੌਧਰ ਥੋੜੀ ਛੱਡਣੀ ਚਾਹੀਦੀ ਆ। ਉਹਨੂੰ ਤਾਂ ਐਂ ਮੰਨਣਾ ਚਾਹੀਦਾ ਵੀ ਠੀਕ ਹੈ ਵੀ ਮੈਂ ਜਿੰਨੀ ਕੁ ਸਿਆਸਤ ਮੈਂ ਸਿੱਖ ਗਿਆ ਗਾਹਾਂ ਹੋਰ ਨੂੰ ਵੀ ਸਿੱਖਣਗੇ ਜੀ, ਪਾਰਟੀ ਨਹੀਂ ਛੱਡਣੀ ਚਾਹੀਦੀ। ਬਿਲਕੁਲ ਗਲਤ ਹੈ ਜੀ। ਜਿਹੜਾ ਬਦਲਾਅ ਆਪਾਂ ਦੋ ਪਾਰਟੀਆਂ ਨੂੰ ਪਿੱਛੇ ਛੱਡ ਕੇ ਕੀਤਾ ਹੈ, ਕੀ ਬਦਲਾਅ ਚੰਗਾ ਜੀ? ਦੇਖੋ ਉਹਨਾਂ ਨੂੰ ਫਿਰ ਵੀ ਬਦਲਾਅ ਵਧੀਆ ਜੀ, ਗਾਹਾਂ ਲੋਕ ਸਾਬਕ ਸਿੱਖਣ ਵੀ ਜੇ ਬਦਲਾਅ ਕਿਉਂ ਕੀਤਾ। ਉਹਨਾਂ ਨੂੰ ਇਹ ਚਾਹੀਦਾ ਵੀ ਜੇ ਅਸੀਂ ਕੰਮ ਘੱਟ ਕੀਤੇ ਨੇ ਤਾਂ ਦੂਜੀ ਪਾਰਟੀ ਦਾ ਬਦਲਾਅ ਕੀਤਾ, ਨਹੀਂ ਤਾਂ ਉੱਤਰ ਕੱਟੋ, ਮੈਂ ਚੜ੍ਹਨ ਵਾਲਾ, ਕਦੇ ਉਹ ਆ ਗਏ, ਕਦੇ ਉਹ ਕਾਂਗਰਸ ਆ ਗਏ, ਕਦੇ ਕਾਂਗਰਸ ਆ ਗਏ। ਠੀਕ ਹੈ ਠੀਕ ਹੈ, ਕਾਟੋ ਕਲੇਸ਼ ਸੀ, ਕਾਟੋ ਕਲੇਸ਼ ਸੀ, ਹੁਣ ਕਾਟੋ ਕਲੇਸ਼ ਮੁੱਕ ਗਿਆ ਜੀ। ਹਾਂ ਹੁਣ ਮੁੱਕਿਆ ਹੋਇਆ ਇਹਨਾਂ ਦਾ, ਹੁਣ ਤਾਂ ਦੇਖਦੇ ਨੇ ਕਿਤੇ ਵੀ ਭਗਵੰਤ ਮਾਨ ਆ, ਫੇਰ ਨਾ ਤਾਂ ਹਾਂ ਜੇ। ਅੱਛਾ ਡਰਦੇ ਨੇ? ਡਰਦੇ ਨੇ ਬਿਲਕੁਲ ਵੀ, ਡਰਦੇ ਨੇ ਭਗਵੰਤ ਮਾਨ ਤੋਂ? ਹਾਂਜੀ ਭਗਵੰਤ ਮਾਨ ਤੋਂ, ਕੇਜਰੀਵਾਲ ਤੋਂ ਵੀ ਡਰਦੇ ਨੇ। ਅੱਛਾ ਹਾਂਜੀ। ਤੇ ਅੱਛਾ ਬਾਪੂ ਜੀ, ਤੁਸੀਂ ਇੱਕ ਗੱਲ ਕਰ ਰਹੇ ਹੁੰਦੇ ਕਰ ਰਹੇ ਸੀਗੇ ਜਿਵੇਂ ਸਕੂਲ ਨੂੰ ਲੈ ਕੇ। ਹਾਂਜੀ, ਹੁਣ ਸਾਡੇ ਬੱਚਿਆਂ ਦਾ ਇਲਾਜ ਕਰ ਦਿਓ ਜਿਹੜੇ ਰਾਹਾਂ ਚ ਡਿੱਗਦੇ ਨੇ। ਅੱਛਾ, ਸੜਕ ਬਣਾ ਦੇ, ਹੋਰ ਸਾਨੂੰ ਕੁਛ ਨਹੀਂ ਚਾਹੀਦਾ। ਨਹੀਂ ਜਿਵੇਂ ਸਕੂਲ, ਕਿੰਨੀ ਦੂਰ ਸਕੂਲ ਆ ਰੋ? ਬਾਕੀ ਸਾਡੇ ਜਿਹੜੇ ਕੰਮ ਨੇ ਹੋਰ ਕਰ ਦੇਣ, ਬਣਾ ਦੇਣ, ਜਿਹੜੇ ਕੋਈ ਨੇ ਸਾਡੇ ਬੁੜੇ ਬੜਿਆਂ ਦੀਆਂ ਪਿਲਸਣਾ ਕਰ ਦੇਣ, ਸਾਨੂੰ ਕੀ ਹੈ? ਬੁੜੇ ਵੀ ਆਨੰਦ ਲੈਣ ਵੀ, ਬੁੜੇ ਬੁੜੇ ਪਿਲਸਣ ਉਹ ਖਾਣਗੇ ਜੀ ਬੈਠੇ, ਆ ਤੁਰਿਆ ਤਾਂ ਜਾਂਦਾ ਨੀ ਹੱਥ ਦੇ ਗੋਡਿਆਂ ਨਾਲ, ਅਭੀ ਕਹਿਣ ਦਾ ਉਹਦਾ ਗੋਡੇ ਗੋਡੇ ਪਵਾ ਲਈਏ, ਨਹੀਂ ਗੋਡੇ ਹੀ ਪਵਾ ਦੇਣ, ਮੈਂ ਸੋਣਾ ਗੋਡੇ ਗੋਡੇ ਪਵਾ ਦੇਣ, ਚੱਲ ਇਹਦਾ ਬਾਹਲਾ ਵਧੀਆ, ਫਿਰ ਤਾਂ ਰੇਸਾਂ ਤੇ ਆ ਜਾਓਗੇ, ਫਿਰ ਭੱਜਾਂਗੇ, ਫਿਰ ਤਾਂ ਏਸ਼ੀਅਨ ਗੇਮ ਜਾਓਗੇ ਸਿੱਧੀ। ਹਾਂ ਜੀ, ਸੜਕ ਦੀ ਤਾਂ ਜ਼ਰੂਰੀ ਹੈ। ਅੱਛਾ, ਭਗਵੰਤ ਮਾਨ ਨੇ ਵਧੀਆ ਕੰਮ ਕਰੇ ਨੇ, ਖੈਰ ਮਾੜਾ ਨੀ ਕਰਿਆ। ਠੀਕ ਹੈ, ਜਿੰਨੀ ਆਹ ਸੜਕ ਥੋੜੀ ਜਿਹੀ ਹੁਣ ਬਣਨੀ ਚਾਹੀਦੀ। ਅੱਛਾ, ਕਿੰਨੀ ਕੁ ਦੂਰ ਹੈ? 3 ਕਿਲੋਮੀਟਰ? ਤਿੰਨ ਚਾਰ ਬਸ ਅੱਛੀ ਕਿਤਾ ਕੀ ਆ, ਇੰਨਾ ਕਾ ਕੁੜੀਆਂ ਵੱਧ ਪੜ੍ਹਦੀਆਂ ਨੇ ਸਾਡੇ ਪਿੰਡ ਚ, ਮੁੰਡਾ ਪੜ੍ਹਦਾ ਨੀ ਕੋਈ, ਮੁੰਡੇ ਘੱਟ ਨੇ ਜਾਣੀ ਪੜ੍ਹਦੇ, ਮੁੰਡੇ ਵੀ ਨੇ। ਅੱਛਾ, ਬਾਹਰ ਵੱਡੀ ਵੱਡੀਆਂ ਜਮਾਤਾਂ ਚ ਵਗ ਗਏ, ਕੋਈ ਭਸੌਲ ਵਗ ਗਿਆ, ਕੋਈ ਕਾਲਜ ਚ ਵਗ ਗਿਆ, ਐ ਲੰਘ ਨਾ ਮੁੰਡੇ। ਹੁਣ ਜਿਹੜੀਆਂ ਛੋਟੀਆਂ ਕੁੜੀਆਂ ਨੇ ਉਹ ਤਾਂ ਇਸੇ ਸਕੂਲ ਚ ਜਾਂਦੀਆਂ, ਪੰਜਵੀਂ ਛੇਵੀਂ ਸੱਤਵੀਂ ਦਸਵੀਂ ਤੱਕ ਆਏ, ਬਾਰਵੀਂ ਤੱਕ ਖਾਣੀ। ਭਗਵੰਤ ਮਾਨ ਨੂੰ ਇਹੀ ਅਪੀਲ ਕਰੋਗੇ? ਹਾਂ ਜੀ, ਇਹੀ ਅਪੀਲ ਆ ਸਾਡੀ ਤਾਂ, ਵਿਆਹ ਕਰ ਦਿਓ ਜੀ, ਇੱਥੋਂ ਦੀ ਰਾਹ ਸਾਡਾ ਵਧੀਆ ਬਣ ਜੇ। ਇਸ ਵਾਰ ਵੋਟ ਫਿਰ ਵੋਟ ਭਗਵੰਤ ਨੂੰ ਮਾਨ ਨੂੰ ਸਿੱਟਾਂਗੇ ਅਸੀਂ। ਅੱਛਾ, ਉਹਦੇ ਸਿੱਧੂ ਮੂਸੇਵਾਲੇ ਨੂੰ ਥਾਪੀ ਮਾਰ ਕੇ ਵੋਟ ਆ ਗਈ ਬਈ, ਥਾਪੀ ਮਾਰ ਕੇ ਦਿਖਾਓ ਨਾ ਫਿਰ ਕਿਵੇਂ ਮਾਰਨੀ ਆ। ਇਹ ਚੱਕ ਆ ਗਿਆ ਭਗਵੰਤ ਮਾਨ ਨੂੰ ਵੋਟ ਹੈ। ਹਾਂਜੀ, ਅੱਛਾ ਬਾਪੂ ਜੀ, ਆਪਾਂ ਗੱਲ ਕਰ ਰਹੇ ਸੀਗੇ ਜਿਵੇਂ ਅੱਜ ਕੱਲ ਦੇ ਨੌਜਵਾਨ ਨੇ
ਪਹਿਲਾਂ ਸਰਕਾਰਾਂ ਇਹੀ ਕਹਿੰਦੀਆਂ ਸੀ ਵੀ ਨੌਜਵਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣਗੀਆਂ, ਜਾਂ ਹੁਣ ਦੇ ਮੌਜੂਦਾ ਸਰਕਾਰ ਵੀ ਕਹਿੰਦੀ ਹੈ, ਠੀਕ ਹੈ ਨਾ, ਬਟ ਫਿਰ ਵੀ ਜਿਹੜੇ ਨੌਜਵਾਨ ਨੇ ਉਹ ਬਾਹਰ ਜਾ ਰਹੇ ਨੇ, ਕਿਉਂ ਜੀ? ਉਹ ਬਾਹਰ ਇਸ ਕਰਕੇ ਜਾ ਰਹੇ ਨੇ ਕਿ ਉਹਨਾਂ ਨੂੰ ਇੱਥੇ ਨੌਕਰੀ ਨਹੀਂ ਮਿਲ ਰਹੀ। ਜੇ ਉਰੇ ਨੌਕਰੀ ਮਿਲੇ ਉਹ ਕਿਉਂ ਜਾਣ? ਮੈਂ ਤਾਂ ਇੱਥੋਂ ਪੈਸੇ ਲਾ ਕੇ ਜਾਂਦੇ ਨੇ। ਇਹਦੇ 'ਚ ਜਾਣ ਦੇ ਨਾਲ ਉਹ ਬਾਹਰਲੇ ਮੁਲਕਾਂ ਦਾ ਫਾਇਦਾ ਹੁੰਦਾ, ਸਾਡੇ ਹਿੰਦੁਸਤਾਨ ਦਾ ਫਾਇਦਾ ਨਹੀਂ ਹੁੰਦਾ, ਕਿਉਂਕਿ ਹਰੇਕ ਬੱਚਾ 30-35 ਲੱਖ ਰੁਪਇਆ ਉੱਥੇ ਲਾ ਕੇ ਜਾਂਦਾ। ਉਹ ਕਿੱਥੇ ਜੇ ਉਰੇ ਉਹਨਾਂ ਨੌਕਰੀ ਵਿੱਚ ਸਾਡਾ 30-35 ਲੱਖ ਰੁਪਏ ਤਾਂ ਉਹ ਸਾਡਾ ਉਰੇ ਬਚ ਸਕਦਾ, ਤੇ ਕਿੱਥੇ ਕਿ ਉਹਨਾਂ ਨੂੰ ਕਮਾਈ ਆ, ਉਹ ਸਾਨੂੰ ਕਮਾਈ ਨਹੀਂ ਹੈਗੀ। ਜੇ ਉਰੇ ਸਾਨੂੰ ਇਹ ਨੌਕਰੀਆਂ ਦੇਣ, ਔਰ ਚਾਹੇ ਜੇ ਇੱਕ ਘਰ ਦੇ ਵਿੱਚ ਇੱਕ ਬੱਚੇ ਨੂੰ ਵੀ ਨੌਕਰੀ ਮਿਲੇ ਤਾਂ ਸਾਰੇ ਪਰਿਵਾਰ ਦਾ ਗੁਜ਼ਾਰਾ ਬਹੁਤ ਆਸਾਨੀ ਨਾਲ ਹੋ ਸਕਦਾ, ਇਸ ਕਰਕੇ ਲੋਕ ਬੱਚੇ ਬਾਹਰ ਜਾਂਦੇ। ਦੇਖਿਆ ਜੀ, ਜਦੋਂ ਨੌਜਵਾਨ ਨੂੰ ਨੌਕਰੀ ਨਹੀਂ ਮਿਲਦੀ ਉਹ ਨਸ਼ਿਆਂ ਵੱਲ ਭੱਜਦਾ ਜੀ, ਕੀ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਇਸ ਚੀਜ਼ ਨੂੰ ਮਿਟਾਉਣਾ ਜੀ? ਹਾਂਜੀ, ਇਹ ਜਿਹੜੀਆਂ ਸਰਕਾਰਾਂ ਨੇ, ਇਹ ਸਰਕਾਰਾਂ ਨੇ ਜ਼ੋਰ ਬਹੁਤ ਲਾਇਆ ਹੋਇਆ ਵੀ ਇਸ ਨਸ਼ੇ ਤੇ, ਪਰ ਇਹ ਕਾਰਨ ਕੀ ਹੋਇਆ, ਇਹ ਜਦੋਂ ਉਸ ਪਿਛਲੀਆਂ ਪਹਿਲੀਆਂ ਪਿਛਲੀਆਂ ਸਰਕਾਰਾਂ ਨੇ ਵੀ, ਜੇ ਉਹ ਪਿਛਲੀਆਂ ਜਦੋਂ ਨਸ਼ਾ ਚੱਲਿਆ, ਜੇ ਉਦੋਂ ਇਹ ਨਸ਼ੇ ਤੇ ਉਸੇ ਟਾਈਮ ਕੰਟਰੋਲ ਕਰਦੀਆਂ ਤਾਂ ਇਹ ਨਸ਼ਾ ਉਸੇ ਟਾਈਮ ਹਟ ਜਾਂਦਾ। ਹੁਣ ਇਸੇ ਕਰਕੇ ਵੀ ਇਹ ਹਟਿਆ, ਕਿਉਂ? ਹੁਣ ਉਹ ਆਪਣਾ ਜ਼ੋਰ ਭਰ ਗਿਆ, ਜਿਹੜੇ ਬੱਚੇ ਨਸ਼ੇ ਤੇ ਲੱਗ ਗਏ ਉਹਨਾਂ ਨੂੰ ਉੱਧਰ ਹੀ ਸੁਰਤੇ ਹੋ ਗਈ, ਕੰਮ ਬੰਦਾ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ, ਮਾਂ ਬਾਪ ਉਹਨਾਂ ਨੇ ਬਥੇਰੇ ਭੂਰਦੇ ਨੇ, ਗਾਲਾਂ ਕੱਢਦੇ ਨੇ, ਜੋ ਵੀ ਕੁਛ ਕਰਦੇ ਨੇ ਵੀ, ਜਾਂ ਫਿਰ ਵੀ ਅੱਛਾ ਮੈਨੇ ਮਾਂ ਬਾਪ ਜ਼ਿਆਦਾ ਉਹਨਾਂ ਨੂੰ ਘੂਰਿਆ ਨਹੀਂ ਜ਼ਿਆਦਾ, ਕਿਉਂਕਿ ਹਰੇਕ ਦੇ ਇੱਕ ਇੱਕ ਬੱਚਾ, ਅਗਲਾ ਕਹਿੰਦਾ ਵੀ ਜੇ ਜੀ ਕਰਨੇ ਕਦੇ ਹੋਰ ਨਾ ਕੋਈ ਗਲਤ ਸਟੈਂਡ ਲੈ ਜੇ, ਇਸ ਕਰਕੇ ਮਤਲਬ ਅਸੀਂ ਤਾਂ ਸਰਕਾਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਤੁਸੀਂ ਜਿਹੜੇ ਨਸ਼ੇ ਨੇ, ਨਸ਼ੇ ਤੇ ਤੁਸੀਂ ਕੰਟਰੋਲ ਕਰੋ ਤਾਂ ਕਿ ਸਾਡੇ ਬੱਚੇ। ਹਾਂਜੀ, ਅੱਛਾ ਬਾਪੂ ਜੀ, ਆਪਾਂ ਗੱਲ ਕਰ ਰਹੇ ਸੀਗੇ ਜਿਵੇਂ ਅੱਜ ਕੱਲ੍ਹ ਦੇ ਨੌਜਵਾਨ ਨੇ, ਪਹਿਲਾਂ ਸਰਕਾਰਾਂ ਇਹੀ ਕਹਿੰਦੀਆਂ ਸੀ ਵੀ ਨੌਜਵਾਨ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਥੇ ਨੌਕਰੀਆਂ ਦਿੱਤੀਆਂ ਜਾਣਗੀਆਂ, ਜਾਂ ਹੁਣ ਦੇ ਮੌਜੂਦਾ ਸਰਕਾਰ ਵੀ ਕਹਿੰਦੀ ਹੈ, ਠੀਕ ਹੈ ਨਾ, ਬਟ ਫਿਰ ਵੀ ਜਿਹੜੇ ਨੌਜਵਾਨ ਨੇ ਉਹ ਬਾਹਰ ਜਾ ਰਹੇ ਨੇ, ਕਿਉਂ ਜੀ? ਉਹ ਬਾਹਰ ਇਸ ਕਰਕੇ ਜਾ ਰਹੇ ਨੇ ਕਿ ਉਹਨਾਂ ਨੂੰ ਇੱਥੇ ਨੌਕਰੀ ਨਹੀਂ ਮਿਲ ਰਹੀ। ਜੇ ਉਰੇ ਨੌਕਰੀ ਮਿਲੇ ਉਹ ਕਿਉਂ ਜਾਣ? ਮੈਂ ਤਾਂ ਇੱਥੋਂ ਪੈਸੇ ਲਾ ਕੇ ਜਾਂਦੇ ਨੇ। ਇਹਦੇ 'ਚ ਜਾਣ ਦੇ ਨਾਲ ਉਹ ਬਾਹਰਲੇ ਮੁਲਕਾਂ ਦਾ ਫਾਇਦਾ ਹੁੰਦਾ, ਸਾਡੇ ਹਿੰਦੁਸਤਾਨ ਦਾ ਫਾਇਦਾ ਨਹੀਂ ਹੁੰਦਾ, ਕਿਉਂਕਿ ਹਰੇਕ ਬੱਚਾ 30-35 ਲੱਖ ਰੁਪਇਆ ਉੱਥੇ ਲਾ ਕੇ ਜਾਂਦਾ। ਉਹ ਕਿੱਥੇ ਜੇ ਉਰੇ ਉਹਨਾਂ ਨੌਕਰੀ ਵਿੱਚ ਸਾਡਾ 30-35 ਲੱਖ ਰੁਪਏ ਤਾਂ ਉਹ ਸਾਡਾ ਉਰੇ ਬਚ ਸਕਦਾ, ਤੇ ਕਿੱਥੇ ਕਿ ਉਹਨਾਂ ਨੂੰ ਕਮਾਈ ਆ, ਉਹ ਸਾਨੂੰ ਕਮਾਈ ਨਹੀਂ ਹੈਗੀ। ਜੇ ਉਰੇ ਸਾਨੂੰ ਇਹ ਨੌਕਰੀਆਂ ਦੇਣ, ਔਰ ਚਾਹੇ ਜੇ ਇੱਕ ਘਰ ਦੇ ਵਿੱਚ ਇੱਕ ਬੱਚੇ ਨੂੰ ਵੀ ਨੌਕਰੀ ਮਿਲੇ ਤਾਂ ਸਾਰੇ ਪਰਿਵਾਰ ਦਾ ਗੁਜ਼ਾਰਾ ਬਹੁਤ ਆਸਾਨੀ ਨਾਲ ਹੋ ਸਕਦਾ, ਇਸ ਕਰਕੇ ਲੋਕ ਬੱਚੇ ਬਾਹਰ ਜਾਂਦੇ। ਦੇਖਿਆ ਜੀ, ਜਦੋਂ ਨੌਜਵਾਨ ਨੂੰ ਨੌਕਰੀ ਨਹੀਂ ਮਿਲਦੀ ਉਹ ਨਸ਼ਿਆਂ ਵੱਲ ਭੱਜਦਾ ਜੀ, ਕੀ ਸਰਕਾਰਾਂ ਦਾ ਫਰਜ਼ ਨਹੀਂ ਬਣਦਾ ਇਸ ਚੀਜ਼ ਨੂੰ ਮਿਟਾਉਣਾ ਜੀ? ਹਾਂਜੀ, ਇਹ ਜਿਹੜੀਆਂ ਸਰਕਾਰਾਂ ਨੇ, ਇਹ ਸਰਕਾਰਾਂ ਨੇ ਜ਼ੋਰ ਬਹੁਤ ਲਾਇਆ ਹੋਇਆ ਵੀ ਇਸ ਨਸ਼ੇ ਤੇ, ਪਰ ਇਹ ਕਾਰਨ ਕੀ ਹੋਇਆ, ਇਹ ਜਦੋਂ ਉਸ ਪਿਛਲੀਆਂ ਪਹਿਲੀਆਂ ਪਿਛਲੀਆਂ ਸਰਕਾਰਾਂ ਨੇ ਵੀ, ਜੇ ਉਹ ਪਿਛਲੀਆਂ ਜਦੋਂ ਨਸ਼ਾ ਚੱਲਿਆ, ਜੇ ਉਦੋਂ ਇਹ ਨਸ਼ੇ ਤੇ ਉਸੇ ਟਾਈਮ ਕੰਟਰੋਲ ਕਰਦੀਆਂ ਤਾਂ ਇਹ ਨਸ਼ਾ ਉਸੇ ਟਾਈਮ ਹਟ ਜਾਂਦਾ। ਹੁਣ ਇਸੇ ਕਰਕੇ ਵੀ ਇਹ ਹਟਿਆ, ਕਿਉਂ? ਹੁਣ ਉਹ ਆਪਣਾ ਜ਼ੋਰ ਭਰ ਗਿਆ, ਜਿਹੜੇ ਬੱਚੇ ਨਸ਼ੇ ਤੇ ਲੱਗ ਗਏ ਉਹਨਾਂ ਨੂੰ ਉੱਧਰ ਹੀ ਸੁਰਤੇ ਹੋ ਗਈ, ਕੰਮ ਬੰਦਾ ਉਹਨਾਂ ਦਾ ਧਿਆਨ ਹੀ ਨਹੀਂ ਜਾਂਦਾ, ਮਾਂ ਬਾਪ ਉਹਨਾਂ ਨੇ ਬਥੇਰੇ ਭੂਰਦੇ ਨੇ, ਗਾਲਾਂ ਕੱਢਦੇ ਨੇ, ਜੋ ਵੀ ਕੁਛ ਕਰਦੇ ਨੇ ਵੀ, ਜਾਂ ਫਿਰ ਵੀ ਅੱਛਾ ਮੈਨੇ ਮਾਂ ਬਾਪ ਜ਼ਿਆਦਾ ਉਹਨਾਂ ਨੂੰ ਘੂਰਿਆ ਨਹੀਂ ਜ਼ਿਆਦਾ, ਕਿਉਂਕਿ ਹਰੇਕ ਦੇ ਇੱਕ ਇੱਕ ਬੱਚਾ, ਅਗਲਾ ਕਹਿੰਦਾ ਵੀ ਜੇ ਜੀ ਕਰਨੇ ਕਦੇ ਹੋਰ ਨਾ ਕੋਈ ਗਲਤ ਸਟੈਂਡ ਲੈ ਜੇ, ਇਸ ਕਰਕੇ ਮਤਲਬ ਅਸੀਂ ਤਾਂ ਸਰਕਾਰਾਂ ਨੂੰ ਇਹੀ ਬੇਨਤੀ ਕਰਦੇ ਹਾਂ ਵੀ ਤੁਸੀਂ ਜਿਹੜੇ ਨਸ਼ੇ ਨੇ, ਨਸ਼ੇ ਤੇ ਤੁਸੀਂ ਕੰਟਰੋਲ ਕਰੋ
ਤਾਂ ਕਿ ਸਾਡੇ ਬੱਚੇ ਕੁਛ ਨਾ ਕੁਛ ਸੁਧਰ ਜਾਣ। ਆਪਾਂ ਗੱਲ ਕਰਦੇ ਆ ਜੀ ਬੀਜੇਪੀ ਸਰਕਾਰ ਦੀ। ਹਾਂਜੀ, ਬੀਜੇਪੀ ਸਰਕਾਰ ਜਿਵੇਂ ਪਹਿਲਾਂ 2020 ਤੋਂ ਲੈ ਕੇ ਹੁਣ ਤੱਕ ਜਿਹੜੇ ਕਿਸਾਨ ਨੇ ਉਹ ਬਾਰਡਰ ਤੇ ਬੈਠੇ ਨੇ, ਸੰਭੂ ਬਾਰਡਰ ਦੇ ਉੱਪਰ ਬੈਠੇ ਨੇ, ਤੇ ਉਹਨਾਂ ਦਾ ਹਜੇ ਤੱਕ ਹੱਲ ਨਹੀਂ ਹੋ ਰਿਹਾ। ਤੁਸੀਂ ਬੀਜੇਪੀ ਬਾਰੇ ਕੀ ਕਰੋਗੇ, ਉਹਨਾਂ ਦੇ ਦਿਮਾਗ 'ਚ ਕੀ ਚੱਲ ਰਿਹਾ ਇਸ ਚੀਜ਼ ਨੂੰ ਲੈ ਕੇ? ਇਹ ਜਿਹੜੀ ਬੀਜੇਪੀ ਸਰਕਾਰ ਹੈ ਨਾ, ਇਹ ਇਹਨਾਂ ਕਿਸਾਨਾਂ ਨੂੰ ਤਾਂ ਕੁਛ ਨਹੀਂ ਦੇ ਰਹੀ। ਇਹ ਤਾਂ ਇਹ ਕਹਿੰਦੇ ਨੇ ਵੀ ਸਾਡੀ ਮਗਰ ਦੇ ਲੈ ਮਗਰ ਚੱਲਣਾ, ਇਹ ਸਰਮਾਏਦਾਰੀ ਰਾਜ ਨੇ। ਉਹ ਕਹਿੰਦੇ ਵੀ ਜਿਵੇਂ ਅਸੀਂ ਚੱਲ ਦਿਆਂਗੇ ਉਸੇ ਤਰ੍ਹਾਂ ਇਹ ਚੱਲਣਾ। ਇਹ ਜਿਹੜੇ ਕਿਸਾਨ ਨੇ ਇਹ ਕਹਿੰਦੇ ਨੇ ਵੀ ਜਿਹੜੇ ਸਾਡੇ ਸਮਰਥਕ ਮੁੱਲ ਨੇ ਜਿਣਸਾਂ ਦੇ, ਸਾਨੂੰ ਉਹ ਸਹੀ ਮਿਲਣ ਬਸ। ਇਹ ਇਸ ਕਰਕੇ ਮੰਨਦੇ ਨਹੀਂ ਹੈਗੇ ਵੀ ਇਹ ਸਾਡੇ ਮਗਰ ਨਹੀਂ ਲੱਗਦੇ। ਉਦੋਂ ਕਿਸਾਨਾਂ ਨੇ ਉੱਥੋਂ ਉਹਨਾਂ ਨਾਲ ਸਾਲ ਬਾਅਦ ਸਮਝੌਤਾ ਕਰ ਲਿਆ ਵੀ ਹਾਂ ਤੁਹਾਡੇ ਸਾਰੇ ਮਸਲੇ ਹੱਲ ਕਰਾਂਗੇ, ਸਾਰੀਆਂ ਤੁਹਾਡੀਆਂ ਮੰਗਾਂ ਮੰਨ ਲਈਆਂ, ਵੀ ਇੱਕ ਵਾਰੀ ਤੁਸੀਂ ਚੱਕ ਲਓ ਧਰਨਾ। ਜਦੋਂ ਉਹਨਾਂ ਨੇ ਧਰਨਾ ਚੱਕ ਲਿਆ ਮਗਰ ਉਹਨਾਂ ਨੇ ਕੁਛ ਨਹੀਂ ਕਰਿਆ ਬਸ। ਦੇਖੇ ਵੀ ਜਿਹੜੀ ਅੱਜ ਦੀ ਸਰਕਾਰ ਹੈਗੀ ਹੈ ਉਹਦੇ ਕੰਮ ਕਿਸ ਤਰ੍ਹਾਂ ਨੇ? ਜਿਹੜੀ ਇਹ ਪੰਜਾਬ ਦੀ ਮਾਣ ਸਰਕਾਰ ਹੈਗੀ, ਕੰਮ ਇਹਦੇ ਬਹੁਤ ਵਧੀਆ ਨੇ, ਬਹੁਤ ਅੱਛੇ ਕੰਮ ਨੇ, ਵਧੀਆ ਕੰਮ ਕਰਦੀ ਆ। ਹਜੇ ਤਾਂ 2 ਸਾਲ ਹੀ ਹੋਏ ਨੇ, ਵਧੀਆ ਕੰਮ ਕਰਦੀ ਹੈਗੀ ਇਹ। ਤੁਹਾਨੂੰ ਕਿਹਾ ਜਾਵੇ ਕਿਸ ਸਰਕਾਰ ਨੂੰ ਤੁਸੀਂ ਵੋਟ ਪਾਓਗੇ, ਕਿਹੜੀ ਸਰਕਾਰ ਤੁਹਾਡੇ ਅੱਗੇ ਆਵੇਗੀ? ਸਾਨੂੰ ਤਾਂ ਇਹੀ ਆ ਵੀ ਇਹੀ ਸਰਕਾਰ ਨੂੰ ਵਧੀਆ ਕੰਮ ਕਰਦੀ ਹੈਗੀ, ਇਸ ਨੂੰ ਵੋਟ ਪਾਵਾਂਗੇ। ਅੱਛਾ, ਦੇਖਿਆ ਜਿਹੜੀਆਂ ਪਿਛਲੀਆਂ ਸਰਕਾਰਾਂ ਨੇ ਆਈ ਗਈ, ਆਏ ਚਲੇ ਗਏ, ਆਏ ਚਲੇ ਗਏ, ਆਏ ਚਲੇ ਗਏ, ਪਰ ਖਜ਼ਾਨਾ ਖਾਲੀ ਦਾ ਖਾਲੀ। ਕੀ ਕਹੋਗੇ ਖਜ਼ਾਨੇ ਬਾਰੇ? ਖਜ਼ਾਨਾ ਤਾਂ ਹੁਣ ਜਿਹੜੇ ਮੰਤਰੀ ਬਣਦੇ ਸੀ ਪੈਸਾ ਉਧਰ ਖਾਈ ਗਏ ਨੇ ਉਹ, ਪਰ ਇਹਨੇ ਤਾਂ ਕੋਈ ਮਾਤਰਾ ਵੀ ਕਿਸੇ ਨੂੰ ਖਾ ਨੀ ਦਿੱਤਾ। ਇਹਨੇ ਤਾਂ ਚਾਹੇ ਖਜ਼ਾਨਾ ਮਤਲਬ ਖਾਲੀ ਏ ਆ, ਪਰ ਇਹਨੇ ਅੱਜ ਤੱਕ ਇਹ ਨੀ ਕਿਹਾ ਵੀ ਖਜ਼ਾਨਾ ਖਾਲੀ ਹੈ। ਜਿਹੜਾ ਕੁਛ ਲਿਆਉਂਦਾ ਰਹਿੰਦਾ ਉਹ ਖਜ਼ਾਨੇ ਚ, ਜਿੰਨਾ ਕੁ ਇਹਨਾਂ ਲਵੇ ਕੁਛ ਬਚਦਾ ਇਹ ਲਾਉਂਦੇ ਵੀ।